110 परसेंट बदले की भावना से की गई है और सीधा का सीधा यह जो कुछ किया जा रहा है यह बकायदा तौर तो मैं समझता हूँ पंजाब का जो कल्चर है पंजाब का जो इतिहास है पंजाब का जो इथौस है उसके खिलाफ है और यह सरकार जिसने कहा था हम बदलाव की राजनीति लाना चाहते हैं ये बदलाव की राजनीति यह मैं पूछना चाहता हूँ अरविंद केजरीवाल साहब को और भगवंत मान को ये राजनीति है जो आप कर रहे हो एक नौजवान हमारी साथी जो है हमारी बेटी जो है हमारी बहन जो है उनको आप इधर लेकर आए और आज कह रहे हो पहले तो दो घंटे एसएसपी ने दफ्तर के बाहर रखा सभी को सारी टॉप कांग्रेस की लीडरशिप को और अब कह दिया कि इनको पुलिस स्टेशन जाना पड़ेगा और इन्वेस्टिगेशन भी ज्वाइन नहीं करवाएंगे क्योंकि फाइल ऑनरेबल हाई कोर्ट ने बुला रखी है इन्वेस्टिगेशन नहीं ज्वाइन करवाएंगे ये कसूर आप देखिए पहले छब्बीस की डेट फिर सताईस पर कन्वर्ट की उसके बाद आज अगर आए हैं पिछले चार घंटे से इधर है समुची सारी कांग्रेस की लीडरशिप इधर और इधर कह दिया कि आकर आप वहां जाकर अपनी हाज़िरी लगवा लीजिए हमने कहा कि लेडीज आई हुई हैं हमारे में से किसी को लेकर जाना पुलिस स्टेशन ले जाए कोई बात नहीं मगर ये पंजाब में पचहत्तर साल में किसी पॉलिटिकल जमात ने अभी तक ये एक नई पहली दफ़ा मैं समझता हूँ अनफॉर्चुनेट इन्होंने एक नया ट्रेंड शुरू किया जिसकी भारी कीमत आते टाइम में ये आप वालों को भुगतनी पड़ेगी एक मैं आपको बताऊँ सरकारें आती, अच्छा सरकारे, सरकारे आती रहती हैं सरकारें सरकारें आती रहती हैं सरकारें जाती रहती हैं बहुत सारे लोगों को पहले भी सियासी पार्टियों को ये गलत फहमी थी हम 25 साल नहीं जाएंगे ये इनको मैं बता दूं कि ये बहुत अनफॉर्चुनेट बात है और ये देख लीजिए आपने जो बीज आज बोरे हो ये फसल भी किसी दिन आपको काटनी पड़ेगी अच्छा पड़े अच्छा मैं इतनी बात अगला अच्छा कदम तो हम दसांगे ਸਾਣੇ ਤੇ ਅਸੀਂ ਜਾਵਾਂਗੇ ਕਿਉਂ ਨਹੀਂ ਅਸੀਂ ਪੰਜਾਬ ਦੇ ਲੋਕਾਂ ਨੂੰ ਖਾਣਾ ਚਾਹੁੰਦੇ ਆ ਕਿ ਇੱਕ ਤੀ ਨੂੰ ਪੈਣ ਨੂੰ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ ਸੂਰਬੀਰਾਂ ਦੀ ਧਰਤੀ ਹੈ ਇੱਥੇ ਅਸੀਂ ਦਿੱਲੀ ਤੋਂ ਲਿਆ ਕੇ ਇੱਕ ਬੈਲਾ ਨੂੰ ਉਹਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ 2.5 ਮਹੀਨਿਆਂ ਬਾਅਦ ਇਹ ਕੇਸ ਰਜਿਸਟਰ ਕਰ ਰਹੇ ਆ ਜਿਹੜਾ ਪੰਜਾਬ ਦੇ ਵਿੱਚ ਅਕਰੈਂਸੀ ਨਹੀਂ ਹੋਈ ਜਿਹੜੇ ਬਿਆਨ ਝੂਠੇ 2 ਮਹੀਨਿਆਂ 2.5 ਮਹੀਨਿਆਂ ਬਾਅਦ ਲੈ ਗਏ ਨੇ ਇਹ ਬਹੁਤ ਅਨਫੋਰਚੂਨੇਟ ਹੈ ਬਹੁਤ ਮਾੜੀ ਗੱਲ ਹੈ ਮੈਸਮ ਨਾ ਬੁਜ਼ਦਲਾ ਵਾਲਾ ਕੰਮ ਹੈ ਪੰਜਾਬ ਦੇ ਲੋਕ ਤੇ ਹਮੇਸ਼ਾ ਟੜਲੇਦਾਰ ਲੋਕਾਂ ਦੇ ਪਿੱਛੇ ਖਲੋਂਦੇ ਬੁਜ਼ਦਲਾ ਪਿੱਛੇ ਕਦੀ ਨਹੀਂ ਖੜੇ ਹੁੰਦੇ ਹਾਂਜੀ ਕੱਲ ਤੁਸੀਂ ਇੱਕ ਸਟੇਟਮੈਂਟ ਦਿੱਤੀ ਇਨਕਲਾਬ ਨੂੰ ਲੈ ਕੇ ਭਗਵੰਤ ਸਿੰਘ ਦਾ ਇਨਕਲਾਬ ਖਤਮ ਹੋ ਗਿਆ ਜਿਹੜਾ ਸਮਝੌਤਾ ਕਰ ਰਹੇ ਨੇ ਉਹ ਦਿੱਲੀ ਇਹ ਤਾਂ ਗੋਡੇ ਟੇਕ ਗਿਆ ਜੀ ਗੱਲ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਗੱਲ ਕਰਦਾ ਤੇ ਉਥੇ ਗੋਡੇ ਟੇਕ ਕੇ ਪੰਜਾਬ ਦੇ ਰਾਈਟਸ ਨੂੰ ਨਿਲਾਮ ਕਰ ਰਿਹਾ ਹੈ ਦਿੱਲੀ ਦੇ ਸਾਹਮਣੇ ਇੱਕ ਫੁੱਲ ਫਲੈਸਟ ਸਟੇਟ ਜਿਹੜੀ ਹੈ ਇੱਕ ਗਲੋਰੀਫਾਈਡ ਮੇਅਰ ਦੇ ਸਾਹਮਣੇ ਗੋਡੇ ਟੇਕ ਆਇਆ ਅਰਵਿੰਦ ਕੇਜਰੀਵਾਲ ਸਾਹਿਬ ਤੇ ਫੁੱਲ ਫਲੈਜ ਚੀਫ ਮਿਨਿਸਟਰ ਵੀ ਹੈ ਨਹੀਂ ਕਿਉਂਕਿ ਦਿੱਲੀ ਤੇ ਸੂਬਾ ਹੀ ਨਹੀਂ ਵੱਡਾ ਜੀ ਬਾਜਾ ਸਾਹਿਬ ਜੋ ਪੰਜਾਬੇ ਲਾਇ ਲਾਡਰੀ ਇਸ ਦੀ ਗੱਲ ਕਰ ਉਹ ਸਥਿਤੀ ਕੀ ਹੈ ਯਾਰ ਇਥੇ ਕਿਹੜੀ ਲਾ ਐਂਡ ਆਰਡਰ ਧੂਰੀ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਡਕ ਡਕਾਈਟੀ ਹੋਏ ਡਕਾਈਟੀ ਹੋਏ ਸਾਰਾ ਸ਼ਹਿਰ ਬੰਦ ਹੋਏ ਭਗਵਾਨ ਤੋਂ ਬਾਨ ਜੀ ਦਿੱਲੀ ਵਿੱਚ ਸਕੂਲ ਫਿਰਦੇ ਨੇ ਸਵਿਮਿੰਗ ਪੂਲਾਂ ਵਿੱਚ ਛਲ ਮਾਰਦੇ ਫਿਰਦੇ ਇਹ 8 ਸਾਲ ਜਦੋਂ ਉੱਥੇ ਐਮਪੀ ਰਹੇ ਨੇ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਮਾਨ ਸਾਹਿਬ 8 ਸਾਲ ਤੁਸੀਂ ਆ ਜਿਹੜਾ ਮੱਲਾ ਕਲੀਨਿਕ ਹੈ ਕਦੀ ਇਲਾਜ ਕਰਵਾਇਆ ਉੱਥੋਂ ਜਾ ਕੇ ਜੀ ਮੈਂ ਪੁੱਛਣਾ ਚਾਹੁੰਦਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸਸੋਦੀਆ ਸਾਹਿਬ ਨੂੰ ਕੀ ਤੁਹਾਡੇ ਚੋਂ ਕਿਸੇ ਦਾ ਇੱਕ ਦਾ ਨਿਆਣਾ ਵੀ ਦਿੱਲੀ ਦੇ ਕਿਸੇ ਗਵਰਨਮੈਂਟ ਸਕੂਲ ਚ ਪੜਿਆ ਜੀ ਸਰਟੀਫਿਕੇਟ ਉਹ ਆਪਣੇ ਕਿਸੇ ਦਾ ਨਿਆਣਾ ਤੁਸੀਂ ਜਿੰਨੇ ਨਾਲ ਦੇ ਐਮਐਲਏ ਨੇ ਨਾਲ ਕੋ ਕਿਸੇ ਦਾ ਨਿਆਣਾ ਦੱਸੋ ਕੋਈ ਦਿੱਲੀ ਦੇ ਸਕੂਲ ਚ ਪੜਿਆ ਉਹ ਪੰਜ ਸੱਤ ਸਕੂਲ ਰੱਖੇ ਨੇ ਬਾਕੀ ਮੱਲਾ ਕਲੀਨਿਕ ਕਿਸੇ ਦਵਾਈ ਨਹੀਂ ਕਿਸੇ ਚ ਕੋਈ ਟੀਕਾ ਨਹੀਂ ਕਿਸੇ ਵਿੱਚ ਕੋਈ ਡਾਕਟਰ ਨਹੀਂ ਇਹ ਨਿਹਰਾ ਲੋਕਾਂ ਨੂੰ ਇੱਕ ਭੰਬਲਪੂਸੇ ਪਾ ਕੇ ਸਰਕਾਰ ਬਣਾ ਲਈ ਹੈ ਸਾਰਾ ਕੁਝ ਪਹਿਲੇ ਵੀ ਪਿਛਲੀ ਵਾਰ ਵੀ ਇਹਨਾਂ ਦਾ ਇਹੀ ਇੱਕ ਬਕਾਇਦਾ ਤੌਰ ਸਾਜ਼ਿਸ਼ ਸੀ ਕਿ ਅਸੀਂ ਦਿੱਲੀ ਤੋਂ ਰਾਜ ਕਰਨਾ ਦਿੱਲੀ ਤੇ ਰਾਜ ਕਰ ਲਿਆ ਇਹਨਾਂ ਨੇ ਇਨਡਾਇਰੈਕਟਲੀ ਇਹ ਮੈਨੂੰ ਉਹ ਯਾਦ ਆਇਆ 1846 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਇੱਕ ਟਾਈਮ ਤੇ ਰਾਣੀ ਜਿੰਦਾ ਦੇ ਕੋਲੋਂ ਲਿਖਤੀ ਤੌਰ ਅੰਗਰੇਜ਼ਾਂ ਨੇ ਇਹੋ ਜਿਹੇ ਹਾਲਾਤ ਬਣ ਗਏ ਸੀ ਉਹਨਾਂ ਨੂੰ ਕਿਹਾ ਚਿੱਠੀ ਲਿਖੋ ਕਿ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਜਿਹੜੀ ਮਹਿਫੂਜ਼ ਨਹੀਂ ਹੈ ਲਾਹੌਰ ਸ਼ਹਿਰ ਦੇ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਸਾਡੇ ਲਾਹੌਰ ਦਰਬਾਰ ਦੀ ਜਿਹੜੇ ਹੈ ਨੇ ਉਹਨਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਚਿੱਠੀ ਲਿਖਵਾ ਕੇ ਐਂਟਰੀ ਕਰਾਈ ਬ੍ਰਿਟਿਸ਼ ਦੀ ਐਂਟਰੀ ਹੋਈ ਤੇ ਅਲਟੀਮੇਟਲੀ ਫਿਰ ਅੰਗਰੇਜ਼ ਇੱਥੇ ਕਾਬਜ਼ ਹੋਏ ਇਹ ਹਾਲਾਤ ਉਸ ਕਿਸਮ ਦੇ ਬਣਾ ਦਿੱਤੇ